ਆ ਦੇਖ ਲੋ ਚੋਰ ਦੀਆਂ ਹਰਕਤਾਂ ਸਪਾਈਡਰਮੈਨ ਨੂੰ ਵੀ ਮਾਤ ਪਾਉਂਦਾ ਨਜ਼ਰ ਆ ਰਿਹਾ ਹੈ। ਜੀ ਹਾਂ, ਦੱਸ ਦਈਏ ਕਿ ਇੱਕ ਚੋਰ ਦੇ ਵੱਲੋਂ ਘਰ ਦੇ ਵਿੱਚ ਚੋਰੀ ਕੀਤੀ ਗਈ ਹੈ। ਦੱਸ ਦਈਏ ਕਿ ਇਸ ਘਰ ਦੇ ਵਿੱਚੋਂ ਉਸਨੇ ਇੱਕ ਪਰਸ ਅਤੇ ਮੋਬਾਈਲ ਫੋਨ ਚੱਕਿਆ ਤੇ ਇਸ ਘਰ ਦੇ ਵਿੱਚ ਦਾਖਲ ਹੋਣ ਦੇ ਲਈ ਚੋਰ ਨੇ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਨੇ। ਜੀ ਹਾਂ, ਦੱਸ ਦਈਏ ਕਿ ਚੋਰ ਸਭ ਤੋਂ ਪਹਿਲਾਂ ਇਸ ਘਰ ਦੇ ਬਾਹਰ ਖੜਾ ਹੋਇਆ ਨਜ਼ਰ ਆ ਰਿਹਾ ਹੈ। ਜਦੋਂ ਇਸ ਨੂੰ ਕਿਤੋਂ ਵੀ ਰਸਤਾ ਨਹੀਂ ਮਿਲਦਾ ਅੰਦਰ ਜਾਣ ਦਾ, ਤਾਂ ਇਸ ਦੇ ਵੱਲੋਂ ਜੋ ਸਾਈਡਾਂ ਦੇ ਵਿੱਚ ਪਾਣੀ ਵਾਲੀ ਪਾਈਪਾਂ ਲੱਗੀਆਂ ਹੁੰਦੀਆਂ ਨੇ ਉਸ ਦੇ ਵਿੱਚ ਆਪਣੇ ਪੈਰ ਫਸਾ ਕੇ ਦੂਸਰੀ ਮੰਜ਼ਿਲ ਤੱਕ ਚੜ ਗਿਆ ਤੇ ਫਿਰ ਉੱਥੋਂ ਤੀ ਉਸਨੇ ਘਰ ਦੇ ਵਿੱਚ ਐਂਟਰੀ ਲਈ ਤੇ ਐਂਟਰੀ ਲੈ ਕੇ ਇਸ ਘਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਫੋਨ ਅਤੇ ਇੱਕ ਪਰਸ ਚੁੱਕ ਕੇ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਚੜ੍ਹਿਆ ਸੀ ਪਾਈਪਾਂ ਰਾਹੀਂ ਹੀ ਉਤਰਦਾ ਅਤੇ ਆਪਣਾ ਚਲਾ ਜਾਂਦਾ ਹੈ ਤੇ ਘਟਨਾ ਕੋਲ ਹੀ ਲੱਗੇ ਇੱਕ CCTV ਦੇ ਵਿੱਚ ਵੀ ਕੈਦ ਹੋਈ ਹੈ। ਜਾਂ ਦੱਸ ਦਈਏ ਕਿ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੁਣ ਚੋਰਾਂ ਨੂੰ ਬਿਲਕੁਲ ਵੀ ਖੌਫ ਜੋ ਹੈ ਪੁਲਿਸ ਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਚੋਰ ਦੇ ਵੱਲੋਂ ਬੜੀ ਆਰਾਮ ਦੇ ਨਾਲ ਦੱਸਿਆ ਜਾ ਸਕਦਾ ਹੈ ਕਿ ਦੇਖੋ ਕਿਵੇਂ ਇਸਨੇ ਪਾਈਪਾਂ ਦੇ ਰਸਤੇ ਉੱਪਰ ਚੜ੍ਹਿਆ ਤੇ ਫਿਰ ਉਸੇ ਤਰੀਕੇ ਦੇ ਨਾਲ ਇਹ ਵਾਪਸ ਆਇਆ। ਜੀ ਹਾਂ, ਦੱਸ ਦਈਏ ਕਿ ਜਿਵੇਂ ਚੋਰ ਨੇ ਸਪੈਸ਼ਲ ਚੋਰੀ ਕਰਨ ਵਾਸਤੇ ਕੋਈ ਟ੍ਰੇਨਿੰਗ ਲਈ ਹੋਵੇ। ਜੀ ਹਾਂ, ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ। ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਚੋਰ ਸਪਾਈਡਰਮੈਨ ਨੂੰ ਵੀ ਮਾਤ ਪਾਉਂਦਾ ਨਜ਼ਰ ਆਇਆ ਤੇ ਇਸ ਘਰ ਦੇ ਵਿੱਚ ਉਸਨੇ ਇੱਕ ਮੋਬਾਈਲ ਫੋਨ ਤੇ ਪਰਸ ਚੋਰੀ ਕੀਤਾ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਇਸ ਘਰ ਦੇ ਵਿੱਚ ਇੱਕ ਬਜ਼ੁਰਗ ਜੋੜਾ ਰਹਿੰਦਾ ਹੈ ਜਿਸ ਨੂੰ ਕਿ ਇਸ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਆ ਦੇਖ ਲੋ ਚੋਰ ਦੀਆਂ ਹਰਕਤਾਂ ਸਪਾਈਡਰਮੈਨ ਨੂੰ ਵੀ ਮਾਤ ਪਾਉਂਦਾ ਨਜ਼ਰ ਆ ਰਿਹਾ ਹੈ। ਜੀ ਹਾਂ, ਦੱਸ ਦਈਏ ਕਿ ਇੱਕ ਚੋਰ ਦੇ ਵੱਲੋਂ ਘਰ ਦੇ ਵਿੱਚ ਚੋਰੀ ਕੀਤੀ ਗਈ ਹੈ। ਦੱਸ ਦਈਏ ਕਿ ਇਸ ਘਰ ਦੇ ਵਿੱਚੋਂ ਉਸਨੇ ਇੱਕ ਪਰਸ ਅਤੇ ਮੋਬਾਈਲ ਫੋਨ ਚੱਕਿਆ ਤੇ ਇਸ ਘਰ ਦੇ ਵਿੱਚ ਦਾਖਲ ਹੋਣ ਦੇ ਲਈ ਚੋਰ ਨੇ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਨੇ। ਜੀ ਹਾਂ, ਦੱਸ ਦਈਏ ਕਿ ਚੋਰ ਸਭ ਤੋਂ ਪਹਿਲਾਂ ਇਸ ਘਰ ਦੇ ਬਾਹਰ ਖੜਾ ਹੋਇਆ ਨਜ਼ਰ ਆ ਰਿਹਾ ਹੈ। ਜਦੋਂ ਇਸ ਨੂੰ ਕਿਤੋਂ ਵੀ ਰਸਤਾ ਨਹੀਂ ਮਿਲਦਾ ਅੰਦਰ ਜਾਣ ਦਾ, ਤਾਂ ਇਸ ਦੇ ਵੱਲੋਂ ਜੋ ਸਾਈਡਾਂ ਦੇ ਵਿੱਚ ਪਾਣੀ ਵਾਲੀ ਪਾਈਪਾਂ ਲੱਗੀਆਂ ਹੁੰਦੀਆਂ ਨੇ ਉਸ ਦੇ ਵਿੱਚ ਆਪਣੇ ਪੈਰ ਫਸਾ ਕੇ ਦੂਸਰੀ ਮੰਜ਼ਿਲ ਤੱਕ ਚੜ੍ਹ ਗਿਆ ਤੇ ਫਿਰ ਉੱਥੋਂ ਤੀ ਉਸਨੇ ਘਰ ਦੇ ਵਿੱਚ ਐਂਟਰੀ ਲਈ ਤੇ ਐਂਟਰੀ ਲੈ ਕੇ ਇਸ ਘਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਫੋਨ ਅਤੇ ਇੱਕ ਪਰਸ ਚੁੱਕ ਕੇ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਚੜ੍ਹਿਆ ਸੀ ਪਾਈਪਾਂ ਰਾਹੀਂ ਹੀ ਉਤਰਦਾ ਅਤੇ ਆਪਣਾ ਚਲਾ ਜਾਂਦਾ ਹੈ ਤੇ ਘਟਨਾ ਕੋਲ ਹੀ ਲੱਗੇ ਇੱਕ CCTV ਦੇ ਵਿੱਚ ਵੀ ਕੈਦ ਹੋਈ ਹੈ। ਜਾਂ ਦੱਸ ਦਈਏ ਕਿ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੁਣ ਚੋਰਾਂ ਨੂੰ ਬਿਲਕੁਲ ਵੀ ਖੌਫ ਜੋ ਹੈ ਪੁਲਿਸ ਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਚੋਰ ਦੇ ਵੱਲੋਂ ਬੜੀ ਆਰਾਮ ਦੇ ਨਾਲ ਦੱਸਿਆ ਜਾ ਸਕਦਾ ਹੈ ਕਿ ਦੇਖੋ ਕਿਵੇਂ ਇਸਨੇ ਪਾਈਪਾਂ ਦੇ ਰਸਤੇ ਉੱਪਰ ਚੜ੍ਹਿਆ ਤੇ ਫਿਰ ਉਸੇ ਤਰੀਕੇ ਦੇ ਨਾਲ ਇਹ ਵਾਪਸ ਆਇਆ। ਜੀ ਹਾਂ, ਦੱਸ ਦਈਏ ਕਿ ਜਿਵੇਂ ਚੋਰ ਨੇ ਸਪੈਸ਼ਲ ਚੋਰੀ ਕਰਨ ਵਾਸਤੇ ਕੋਈ ਟ੍ਰੇਨਿੰਗ ਲਈ ਹੋਵੇ। ਜੀ ਹਾਂ, ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ। ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਚੋਰ ਸਪਾਈਡਰਮੈਨ ਨੂੰ ਵੀ ਮਾਤ ਪਾਉਂਦਾ ਨਜ਼ਰ ਆਇਆ ਤੇ ਇਸ ਘਰ ਦੇ ਵਿੱਚ ਉਸਨੇ ਇੱਕ ਮੋਬਾਈਲ ਫੋਨ ਤੇ ਪਰਸ ਚੋਰੀ ਕੀਤਾ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਇਸ ਘਰ ਦੇ ਵਿੱਚ ਇੱਕ ਬਜ਼ੁਰਗ ਜੋੜਾ ਰਹਿੰਦਾ ਹੈ ਜਿਸ ਨੂੰ ਕਿ ਇਸ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ।